मरण मुनसा सूरया हक है जो होए मरण परवानो सूरे से ही आगे आखिए दरगह पावें साची मानो दरगह मान पावें पत स्यों जावें आगे दुख न लागे कर एक त्यावें तां फल पावें जित सेवै भउ भागै ऊचा नहीं कहना मन में रहना आपे जाने जानो मरण मुनसा सूरया हक है जो होए मरे परवानो परम सन्मान योग जुगो जुग अटल सर्वरे कायनात जागत जोत सर्व कला समरथ रब्बी ज्ञान दे सागर दसां पातशाहियां दी जोत सर्ब सांझी वालता दे मुजस्मे साहिब सतगुरु श्री गुरु ग्रंथ साहिब पातशाह जी दी पावन हजूरी अंदर सुभाए मान जुड़ बैठी गुरु प्यारी गुरु सवारी साध संग जियो सतगुरां दी अपार दया दृष्टि दे सदका अपने अमीर खालसाई शहादत विरसे नू संभाल दिया हर साल दी तरह शहीद भाई तलविंदर सिंह जी उन्हां दे जन्म दिहाड़े नू समर्पित अते समूह शहीदां नू अपना अकीदा अर्पण करन वास्ते प्रबंधकां वल्लों जो संगतां दे सहयोग सदका गुरमत समागम करवाए जा रहे हन सतगुरां दे हजूर जुड़ बैठ के मालक दा हर जस गायन करन दा सरवण करन दा सुभाग समा प्राप्त होया है दास तों पहलां गुरु घर दे कीर्तनी जत्थे पासों आप जी ने रब्बी बाणी दे रस भिन्ने कीर्तन सरवण कीते हन आओ कुछ समा गुरमत विचारां नाल सारे जुड़न दा जतन करिए दास दी ते अपनी हाजरी गुरु चरणां विच लवाओ प्यार सहित अदब सहित सारे आखो जी वाहे गुरु जी का खालसा वाहे गुरु जी की फतेह। शहादत नूं हर धर्म दे अंदर हर समाज अंदर किसी ना किसी रूप दे विच अपनाया गया अते सत्कारिया गया। शहीद लफज अरबी दे तुशाहत तो बनया जिसका अर्थ है साखी भरना गवाही देना।
ਸ਼ਹੀਦ ਸੰਸਾਰ ਦੀ ਸ਼ਮਾ ਅੰਦਰ ਆਪਣੀ ਚਰਬੀ ਢਾਲ ਕੇ ਲਹੂ ਮਿੱਝ ਦਾ ਖੂਨ ਪਾ ਕੇ ਜਿੱਥੇ ਸੰਸਾਰ ਦੀਆਂ ਉੱਚਤਮ ਰਾਹਾਂ ਨੂੰ ਰਸ਼ਨਾਉਂਦਾ ਉੱਥੇ ਬੇਵੱਸ ਹੋਈ ਲੁਕਾਈ ਜੋ ਅੰਧਕਾਰ ਦੇ ਕਾਰਨ ਠੇਡੇ ਖਾ ਕੇ ਡਿੱਗ ਰਹੀ ਹੋਵੇ ਉਹਦੇ ਲਈ ਇੱਕ ਸਹਾਰਾ ਬਣ ਕੇ ਇੱਕ ਮਾਰਗ ਦਰਸ਼ਨ ਬਣ ਕੇ ਐਸੀ ਗਵਾਹੀ ਦੇ ਜਾਂਦਾ ਕਿ ਮੈਂ ਮਨੁੱਖਤਾ ਦੇ ਹੱਕਾਂ ਲਈ ਸੱਚ ਧਰਮ ਲਈ ਔਰ ਆਪਣਾ ਭਾਵੇਂ ਵਤਨ ਹੋਵੇ ਕਬੀਲਾ ਹੋਵੇ ਦੇਸ਼ ਹੋਵੇ ਉਹਦੀ ਖਾਤਰ ਸਿਰ ਧੜ ਦੀ ਬਾਜ਼ੀ ਲਾ ਕੇ ਆਪਣੀ ਕੀਮਤੀ ਜਾਨ ਕੁਰਬਾਨ ਕਰ ਸਕਦਾ ਹਾਂ। ਸ਼ਹਾਦਤਾਂ ਦੀ ਲੜੀ ਦੇ ਦੌਰਾਨ ਜਦੋਂ ਅਸੀਂ ਵੇਖੀਏ ਤੇ ਬਹੁਤ ਸਾਰੇ ਸੂਰਮੇ ਬਹੁਤ ਸਾਰੇ ਸ਼ਹੀਦ ਆਪੋ ਆਪਣੇ ਸਮੇਂ ਦੇਸ਼ ਦੀ ਖਾਤਰ ਕੌਮਾਂ ਦੀ ਖਾਤਰ ਹੱਕ ਸੱਚ ਦੀ ਖਾਤਰ ਕੁਰਬਾਨ ਹੁੰਦੇ ਆਏ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਜਦੋਂ ਗੁਰੂ ਕੇ ਸਿੱਖ ਦੀ ਪ੍ਰੀਤ ਸਤਿਗੁਰੂ ਨਾਲ ਕਿਹੋ ਜੀ ਹੋਵੇ ਉਹਦੇ ਵਿੱਚ ਜ਼ਿਕਰ ਕੀਤਾ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ ਸਬਰ ਸਿਦਕ ਸ਼ਹੀਦ ਭਰਮ ਪੋ ਖੋਵਣਾ। ਗੁਰੂ ਦਾ ਮਰੀਦ ਬਣਨਾ ਗੁਰੂ ਦਾ ਸਿੱਖ ਹੋਣਾ ਇੱਕ ਜਿਉਂਦੇ ਸ਼ਹੀਦ ਹੋਣ ਦੇ ਬਰਾਬਰ ਹੈ ਕਿਉਂਕਿ ਜਦੋਂ ਵੀ ਸਤਿਗੁਰੂ ਦੇ ਦੱਸੇ ਹੋਏ ਮਾਰਗ 'ਤੇ ਕੋਈ ਸਿੱਖ ਤੁਰਦਾ ਤੇ ਉਹਦੇ ਲਈ ਪਹਿਲੀ ਕਸਵੱਟੀ ਇਹ ਹੈ ਜੋ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਸ਼ਹੀਦ ਲਫਜ਼ ਭਾਵੇਂ ਸਭ ਤੋਂ ਪਹਿਲਾਂ ਗਰੀਕ ਵਾਸੀਆਂ ਨੇ ਉਸ ਵੇਲੇ ਕੀਤਾ ਜਦੋਂ ਉਹਨਾਂ ਨੇ ਯਹੂਦੀਆਂ ਨੂੰ ਪਾਰਸੀਆਂ ਦੇ ਹੱਥੋਂ ਆਪਣੇ ਹੱਕਾਂ ਲਈ ਕੁਰਬਾਨ ਹੁੰਦਿਆਂ ਤੱਕਿਆ। ਈਸਾਈ ਮਤ ਅੱਜ ਸਾਰੇ ਸੰਸਾਰ ਵਿੱਚ ਫੈਲ ਚੁੱਕਾ ਹੈ ਇਹ ਗੱਲ ਈਸਾਈ ਵੀ ਮੰਨਦੇ ਨੇ ਕਿ ਮਨੁੱਖ ਧਰਮ ਤਿਆਗਣ ਦੀ ਜਗ੍ਹਾ ਮੌਤ ਚੁਣ ਲਵੇ ਉਹ ਸ਼ਹੀਦ ਹੈ। ਵੀ ਜਿਵੇਂ ਕਿਸੇ ਦੇ ਘਰ ਵਿੱਚ ਕੋਈ ਬਿਮਾਰੀ ਹੋਵੇ ਕੋਈ ਕਲੇਸ਼ ਹੋਵੇ ਤੇ ਉਹਨੂੰ ਕੋਈ ਕਵੇ ਵੀ ਆ ਮੈਂ ਤੈਨੂੰ ਤੇਰੇ ਧਰਮ ਤੋਂ ਦੂਰ ਦੂਜੇ ਪਾਸੇ ਲੈ ਜਾਵਾਂ, ਜਿਹੜਾ ਇਹ ਕਵੇ ਵੀ ਕੋਈ ਗੱਲ ਨਹੀਂ ਮਰ ਭਾਵੇਂ ਜਾਵਾਂ ਪਰ ਮੈਂ ਆਪਣੇ ਧਰਮ ਤੋਂ ਦੂਰ ਨਹੀਂ ਹੋਣਾ, ਈਸਾਈ ਵੀਰ ਵੀ ਇਹ ਗੱਲ ਮੰਨਦੇ ਨੇ ਵੀ ਐਸਾ ਮਨੁੱਖ ਸ਼ਹੀਦ ਹੈ। ਇਸਲਾਮ ਅੰਦਰ ਮੱਕਾ ਅਤੇ ਕਾਬਾ ਬੜੇ ਪਵਿੱਤਰ ਨੇ। ਮੱਕਾ ਸ਼ਹਿਰ ਦਾ ਨਾਮ ਹੈ ਅਤੇ ਕਾਬਾ ਉਹ ਸਥਾਨ ਹੈ ਜਿੱਥੇ ਮੁਸਲਮਾਨ ਆਪਣਾ ਅਕੀਦਾ ਅਰਪਣ ਕਰਦੇ ਨੇ। ਇਹ ਗੱਲ ਇਸਲਾਮ ਅੰਦਰ ਵੀ ਮੰਨੀ ਗਈ ਹੈ ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬਿਹਤਰ ਹੈ ਕਾਬਾ, ਸ਼ਹੀਦੋਂ ਕੀ ਖਾਕ ਪੇ ਤੋ ਖੁਦਾ ਵੀ ਕੁਰਬਾਨ ਹੋਤਾ ਹੈ, ਜੋ ਆਸ਼ਿਕ ਹੈ ਸ਼ਹਾਦਤ ਕੇ ਵੋ ਜੀਨਾ ਛੋੜ ਦੇਤੇ ਹੈ, ਖਿਲੌਨਾ ਸਮਝ ਕਰ ਜਿਸਮ ਕੋ ਖੁਸ਼ੀ ਸੇ ਫੋੜ ਦੇਤੇ ਹੈ, ਨਾ ਤਾਜੋ ਤਖਤ ਨਾ ਹੂਰੋਂ ਕੀ ਹਸਰਤ, ਖੁਦਾ ਖੁਦਾਈ ਵੀ ਦੇ ਤੋ ਉਸਕੋ ਮੋੜ ਦੇਤੇ ਹੈ, ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ, ਹਯਾਤ ਤੋ ਹਯਾਤ ਹੈ ਵੋ ਮੌਤ ਵੀ ਹਯਾਤ ਹੈ। ਹਯਾਤ ਨਾਮ ਜ਼ਿੰਦਗੀ ਦਾ, ਜ਼ਿੰਦਗੀ ਤਾਂ ਜ਼ਿੰਦਗੀ ਹੈ ਹੀ ਲੇਕਿਨ ਜਿਹੜੀ ਸ਼ਹੀਦ ਦੀ ਮੌਤ ਹੈ ਉਹ ਵੀ ਕੌਮਾਂ ਵਾਸਤੇ ਜ਼ਿੰਦਗੀ ਹੁੰਦੀ ਹੈ। ਸੰਸਾਰ ਵਿੱਚ ਆਮ ਕਰਕੇ ਅਸੀਂ ਵੇਖਦੇ ਹਾਂ ਸ਼ਮਾਂ ਬਲ ਰਹੀ ਹੋਵੇ ਅਤੇ ਪਰਵਾਨੇ ਸ਼ਮਾਂ ਦੇ ਦੁਆਲੇ ਆ ਕੇ ਪਰਿਕਰਮਾ ਕਰਦੇ ਨੇ ਅਤੇ ਆਪਣਾ ਆਪ ਉਸ ਸ਼ਮਾਂ ਤੋਂ ਕੁਰਬਾਨ ਕਰ ਦਿੰਦੇ ਨੇ। ਇਸੇ ਤਰ੍ਹਾਂ ਸ਼ਹੀਦ ਦਾ ਜਿਹੜਾ ਰੁਤਬਾ ਹੈ ਉਹ ਬਹੁਤ ਵੱਡਾ ਹੈ।
परवाने जिंदगी दा इतबार नहीं करदे, शमा ते सड़ मरनों नहीं डरदे। पर की कहिए उस वतन नूं जेड़े लोग शहीदां दा सत्कार नहीं करदे। अज कदे वेख्या भी कदे किसी शहीद की फोटो नोटा ते लगी होवे, कदे किसी शहीद दे परिवार नूं कोई सरकारे दरबारे वड्डा मरतबा जां आदर मिलिया होवे। पर प्रभु प्यारे देश भगत जिहड़े शहीद हुंदे ने, उन्हां दे मन अंदर भी इस तरह की कोई तमा जां इस तरह की कोई लालसा नहीं कि साडे तों बाद लोकी साडी वाह वाह करन। बस उन्हां दा इक्को ही मनोरथ हुंदा है कि असी मनुखी हक्कां लई, सच धर्म लई, अपने देश कौम लई, अपने विरसे वास्ते अपनी जिहड़ी सब तों प्यारी जान है वह कुरबान कर देनी है। सतगुरु गुरु नानक पातशाह जी ने जिहड़ा धर्म संसार नूं बख्शिश कीता है, उस धर्म का आधार सतगुरां ने सच रखिया है। ते जिन्हां नूं सच भौंदा नहीं, उन्हां ने समें समें जतन कीता है इस सच दे नाल टकराउण दा। पर हर वार संसार ने देखिया है कि सच तां भट्ठी विच कुठाली विच पए हुए सोने वांग छबीदार बन के निखर के संसार दे सामने आया है। पर जिहड़े कूड़ दे धारनी सन, कूड़ हमेशा निखुटदा रहा, हारदा रहा, ते कूड़ नूं हमेशा संसार ने शर्मसार हुंदियां वेख्या है, क्योंकि कूड़ निखुट्टै नानका ओड़क सच रही। इस सच धर्म नूं खत्म करन लई कदे बाबर दी हवा लात आउंदी है। सच ये आ कि जदों गुरु नानक साहब जी बाबर नूं जाबर कहिंदे ने, मलक भागो नूं आखदे ने तेरी लोकां दे खून पसीने दी कमाई ये इस तरह जिवें तेरी रोटी तेरे भोजन विच लहू होवे, ते भाई लालो जी दी किरत वाली कमाई जिहड़ी है वह दुध दी तरह है। खिमा करना शहादत गुरु नानक साहब दे वेले भी हो सकती सी। जे चाहुंदा मलक भागो, जे चाहुंदा बाबर, मैं दो उदाहरणां तां दित्तियां कि बाबर बाहरों हमलावर बन के आया जरवाणा है, पर जिहड़े भागो वर्गे मलक सन वह इस देश दे रहण वाले सन। कदे इन्हां दे मानो विरसे दे विच्चों चंदू अगे आउंदा, कदे भगवान दास घेरड़ अगे आउंदा, कदे गंगू आउंदा, कदे सुचा नंद जिन्हों इतिहास ने झूठा नंद भी किया, कदे लख पत राए, कदे जस पत राए। ते अज तक असीं वेखदे हां कि जिथे बाहरों मुगल हमलावर बन के आए, अंग्रेज हमलावर बन के आए, उत्थे इस देश दे रहण वाले लोकां ने भी जतन कीता है कि जदों सिख बहु गिणती लई लड़दा है उदों फरिश्ता, जदों बार्डर ते लड़दा है उदों शहीद, ते जे किते बाकी कौमां वांग ये अपना हक मंगे ते फिर इस नूं अतवादी वक्खवादी कई कुछ कहा जांदा है। आ तुसीं हुणे किसानी संघर्ष विच वेख्या है कि किन्नियां कीमती जानां जिहड़ियां ने वो दिल्ली दे बार्डर ते गईयां ने, और जदों किसी ने सच हक दी गल करन दा जतन कीता ते उन्नू किसी ना किसी रूप विच साजिश रच के भी उहदी जिंदगी खोण दा जतन कीता गया, पर जदों भी परवाने अपने आप नूं कुरबान करदे ने, कारण कोई भी होवे, मेरे सतगुरु जी ने शहीद नूं सूरमिया नूं बड़ा उच्चा रुतबा दिता है, पीर पकामर सालक सादक शोधे अर शहीद शेख मसायक काजी मुला दर दस दरवेश रसीद। जदों गुरु अंगद देव महाराज जी खडूर साहब की धरती ते विराजमान ने, ते हारिया होया हमायूं गुरु अंगद देव जी कोल पहुँचदा है, हार भावें चुका पर फिर भी चाहुंदा मैं बादशाह हाँ, गुरु अंगद देव जी मैनू सलाम करन। पर गुरु अंगद देव जी खडूर साहब की धरती ते बच्चियां नूं गुरमुखी विद्या पढ़ाउण विच मसरूफ सन।
खिजे होए कलपे होए हमायू ने अपने म्यान विच्चों तलवार कढ़न लई जदों दस्ते ते हाथ पाया ते गुरु अंगद देव महाराज कहन लगे हमायू ये हारी होई तलवार एक फकीर ते क्यों उठदी है। जे तू इन्ना ही बहादुर सी ते जदों शेर शाह सूरी ने तैनू बुरी तरह हरा के भांज दे के इधर भेजिया उदों तेरी तलवार कित्थे गई सी। जे किते म्यान दे उपर रखिया हाथ सचमुच दस्ते ते रखिया हाथ म्यान विच्चों तलवार हमायू बाहर कढ लैंदा ते शहादत गुरु अंगद देव जी दे वेले भी हो जानी सी। गुरु अमरदास महाराज जी का समा आया। अकबर सोलह कुल बादशाह सी पर जदों कलानौर दे इलाके विच विचर रहा सी ते कईयां ने झूठे मेजरनामे का मतलब हुंदा भी इक्को पेपर उपर बहुतियां दे साइन करा के शिकायत कर देनी। गुरु घर दे विरुद्ध शिकायतां कीतियां गईयां कि गुरबाणी दे विच वक्-वक् धर्मां दे विरुद्ध बहुत कुछ लिखिया होया ते जदों धन गुरु अमरदास महाराज जी ने बाबा बुढ़ा साहब जी नूं भाई जेठा जी नूं पोथी साहब दे के कलानौर दी धरती ते भेजिया ते अकबर ने गुरु की बाणी नूं सरवण कीता जिथों भी पाठ वो सरवण करदा सी उत्थों बचन आउंदे सन फरीदा खालक खलक मैं खलक वसै रब माहे मंदा किसनों आखीऐ जां तिस बिन कोई नाहीं। पाठ आउंदा सी अवल अल्लाह नूर उपाया कुदरत के सब बंदे एक नूर ते सब जग उपजिया कौन भले को मंदे। अकबर ने कुछ मोहरां रख के गुरबाणी दी पोथी साहब दा सत्कार करके कहा कि गुरु की बाणी विच किसे धर्म की किसे भी इंसान जां किसे भी शख्स दे विरुद्ध कुछ नहीं लिखिया होया। ये बाणी तो सगों जीवन जाच है सरबत का भला मंगण वाली है और समुची बाणी इको समय हर खेत्र विच हर मनुख की योग अगवाई करके समुची मनुखता नू प्यार दे कलावे विच लै के आखदी है सब मैं जोत जोत है सोए तिस दै चानण सब मैं चानण होए। ते जे किते अकबर समझदा ना ते शहादत गुरु अमरदास जी दे समय भी हो जानी सी धन गुरु रामदास महाराज जी दे समय भी ऐसा मौका बन सकता सी पर गुरु नानक साहब दे घर दा सच ते इस सच नू बुलंदियां तक पहुँचाउण वास्ते इस सच की अजमत नू कायम रखण वास्ते पंजवें पातशाह धन गुरु अर्जन देव महाराज जी दा समा आया। सतगुरु जी जदों लाहौर वल तुरन लगे ना ते उन्हां ने बाबा बुढ़ा जी भाई गुरदास जी नूं अपने कोल आवाज़ मार के बालक हर गोबिंद जी बाँह जिहड़ी सी उह संगत नूं पकड़ाई ते कहण लगे असीं लाहौर चले हाँ ते उत्थे आ कुछ वापर सकदा है साडा सिर लग सकदा है ते जदों साडी शहादत की खबर आवे ते तुसीं धन गुरु हरगोबिंद साहब जी की अगवाई मननी है उन्हां नूं छेवें पातशाह दे रूप विच गुरु मन के जे समय की लोड़ मुताबक कुछ समा माझे तो दुआबे दे इलाके विच भी जाना पवे तो इस गल नूं विचार लेना चाहिए। हुण वेखो जिहड़ा धर्म है वह सिर देण तों बिना बचदा नहीं। सत्कारयोग संत ज्ञानी जरनैल सिंह जी जां सत्कारयोग संत ज्ञानी करतार सिंह जी वह अक्सर क्या करते सन कि धर्म सिर देण तों बिना कदे बचना नहीं इस करके सिर धड़ दी बाजी ला के ही जिहड़ा धर्म है उहदी राखी की जा सकती है। आम करके वह संगत दे कोलों बुलाया करते सन कि सिर जावे तां जावे मेरा सिखी सिदक ना जावे भाव सिर देण तों बिना धर्म नहीं बचना और जिन्नियां भी शहादतां होईयां ने इन्हां नूं सिर लगना कहा जांदा। अज भी जदों सचखंड श्री हरिमंदर साहब जाओ ते जिथे शहीद बाबा दीप सिंह जी दे अस्थान ते आप जी रुक के अकीदा अर्पण करदे हो उत्थे महापुरख विद्वानां दा कथन है कि एक एक कदम रखण लगे सोचियो भी सचखंड श्री हरिमंदर साहब दीआं परिक्रमा विच किन्ने सिर लगे ने।
ਉਹ ਸਿਰ ਭਾਵੇਂ ਧੜ ਤੋਂ ਕੱਟੇ ਗਏ ਹੋਣ ਚਾਹੇ ਧੜ ਨਾਲ ਹੋਣ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਕੱਟਿਆ ਗਿਆ, ਦੋ ਸੀਸ ਗੰਜ ਬਣੇ ਨੇ, ਇੱਕ ਦਿੱਲੀ ਚਾਂਦਨੀ ਚੌਂਕ ਜਿੱਥੇ ਸੀਸ ਕੱਟਿਆ ਅਤੇ ਇੱਕ ਅਨੰਦਪੁਰ ਸਾਹਿਬ ਸੀਸ ਗੰਜ ਸਾਹਿਬ ਜਿੱਥੇ ਸਤਿਗੁਰਾਂ ਦੇ ਸੀਸ ਦਾ ਸੰਸਕਾਰ ਹੋਇਆ ਸੀ। ਰਕਾਬਗੰਜ ਸਾਹਿਬ ਵਿਖੇ ਸਤਿਗੁਰਾਂ ਦੇ ਧੜ ਦਾ ਸਰੀਰ ਦਾ ਸੰਸਕਾਰ ਕੀਤਾ ਗਿਆ। ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਤੱਤੀ ਤਵੀ 'ਤੇ ਬੈਠ ਕੇ ਦੇਗ ਵਿੱਚ ਉਬਲ ਕੇ ਸੀਸ ਵਿੱਚ ਉਹਨਾਂ ਦੇ ਰੇਤਾ ਪਾਈ ਗਈ, ਇਵੇਂ ਉਹਨਾਂ ਦੀ ਸ਼ਹਾਦਤ ਹੋਈ। ਪਰ ਇਤਿਹਾਸ ਕਹਿੰਦਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਸਾਡਾ ਸਿਰ ਲੱਗਣਾ ਹੈ। ਇਹਦਾ ਮਤਲਬ ਵੀ ਹਰ ਸ਼ਹਾਦਤ ਨੂੰ ਸਿਰ ਲੱਗਣਾ ਕਿਹਾ ਜਾਂਦਾ ਹੈ ਕਿ ਧਰਮ ਦੇ ਬਦਲੇ ਸੀਸ ਦੇਣਾ ਪੈਣਾ ਹੈ। ਸਾਡੇ ਇਤਿਹਾਸ ਦੇ ਬੋਲ ਨੇ ਕਿ ਜਦੋਂ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਦੀ ਧਰਤੀ ਵੱਲ ਤੁਰਨ ਲੱਗੇ, ਸਿੱਖਾਂ ਨੂੰ ਕੀਤੀ ਸਪੁਰਦ ਹਰਗੋਬਿੰਦ ਦੀ ਬਾਂਹ ਪਕੜਾਈ, ਭਾਈ ਗੁਰਦਾਸ ਨੂੰ ਬੈਠ ਸਮਝਾਇਆ ਸਾਡਾ ਲੱਗੇਗਾ ਸੀਸ ਨਿਸ਼ਚਾ ਹੈ ਆਇਆ, ਅਸਾਂ ਹੋਇਆ ਤੁਰਕਾਂ ਵਿੱਚ ਜਾਣਾ, ਉਹਨਾਂ ਕਰਨੀ ਹੈ ਹੁਜਤ, ਤੁਸੀਂ ਦੁਆਬੇ ਵਿੱਚ ਰੱਖਣਾ ਟਿਕਾਣਾ, ਛੁੱਟੇਗਾ ਸਰੀਰ ਸੰਸਾਰ ਨਹੀਂ ਕੋਏ, ਰਜਾਏ ਖੁਦਾਵੰਦ ਦੀ ਇਸੇ ਤਰ੍ਹਾਂ ਹੋਏ। ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਨੂੰ ਆਪਾਂ ਸ਼ਹੀਦਾਂ ਦੇ ਸਰਤਾਜ ਆਖਦੇ ਹਾਂ, ਉਹਨਾਂ ਦੀ ਸ਼ਹਾਦਤ ਹੋਈ ਅਤੇ ਕਹਿੰਦੇ ਉਸ ਵੇਲੇ ਜਿੱਥੇ ਅੱਤ ਦਾ ਮੁਤਸਬੀ ਗੁਰੂ ਘਰ ਦਾ ਵਿਰੋਧੀ ਜਿਹਨੂੰ ਇਤਿਹਾਸ ਵਿੱਚ ਸ਼ੇਖ ਬੁਖਾਰੀ ਜਾਂ ਮੁਰਤਜਾ ਖਾਂ ਵੀ ਕਿਹਾ ਜਾਂਦਾ, ਸ਼ੇਖ ਬੁਖਾਰੀ ਉਹਦਾ ਨਾਮ ਹੈ ਅਤੇ ਮੁਰਤਜਾ ਖਾਂ ਉਹਦਾ ਤਖਲਸ ਹੈ। ਮੁਰਤਜਾ ਖਾਂ ਦਾ ਮਤਲਬ ਵੀ ਜਿਹਦੇ ਤੋਂ ਜਿਸ ਕੰਮ ਦੀ ਆਸ ਰੱਖੀ ਜਾਵੇ ਉਹ ਕੰਮ ਕਰ ਦੇਵੇ ਅਤੇ ਉਹਨੂੰ ਮੁਰਤਜਾ ਖਾਂ ਦਾ ਲਕਬ ਦਿੱਤਾ ਜਾਂਦਾ ਸੀ। ਇਸੇ ਲਈ ਅੱਜ ਗੁਰਸਿੱਖਾਂ ਨੂੰ ਬੇਨਤੀ ਕੀਤੀ ਜਾਂਦੀ, ਸਿੱਖੋ ਕਦੇ ਆਪਣੇ ਮਨ ਵਿੱਚ ਵਿਚਾਰ ਕਰਕੇ ਦੇਖਿਓ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਭਗਤ ਧੰਨਾ ਜੀ ਦੇ ਬਚਨ ਨੇ ਵੀ ਜੇ ਮੈਨੂੰ ਦੁੱਧ ਦੀ ਲੋੜ ਹੈ, ਲਵੇਰੇ ਦੀ ਲੋੜ ਹੈ ਅਤੇ ਮੈਂ ਮਾਲਕ ਤੋਂ ਮੰਗਣਾ, ਗਊ ਭੈਂਸ ਮੰਗੋ ਲਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਪਰ ਅੰਧ ਵਿਸ਼ਵਾਸੀ ਲੋਕ ਕਈ ਵਾਰ ਸ਼ੇਖ ਫਤਿਹ ਦੀ ਜਗ੍ਹਾ 'ਤੇ ਜਾ ਕੇ ਨੱਕ ਰਗੜਦੇ ਵੇਖੇ ਜਾਂਦੇ ਨੇ, ਉਹ ਸ਼ੇਖ ਫੱਤਾ, ਉਹ ਸ਼ੇਖ ਬੁਖਾਰੀ, ਉਹ ਸ਼ੇਖ ਅਹਿਮਦ ਸਰਹੰਦੀ ਜਿਸ ਜੁੰਡਲੀ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਾਇਆ। ਅਤੇ ਅੱਜ ਜਿੰਨੇ ਤੁਸੀਂ ਇੱਥੇ ਜੁੜ ਬੈਠੇ ਹੋ ਨਾ, ਜੇ ਤੁਹਾਡੇ ਵਿੱਚੋਂ ਕੋਈ ਹਰੀਆਂ ਚਾਦਰਾਂ 'ਤੇ ਜਾ ਕੇ ਮੱਥਾ ਟੇਕਦਾ, ਜੇ ਖੇਤਾਂ ਵਿੱਚ ਕੋਈ ਕਬਰ ਬਣਾਈ ਬੈਠਾ ਅਤੇ ਰੱਬ ਦਾ ਵਾਸਤਾ ਜੇ ਸ਼ਹੀਦਾਂ ਦੀ ਯਾਦ ਮਨਾਉਂਦੇ ਹੋ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਦੇ ਬਚਨਾਂ ਨੂੰ ਜ਼ਰੂਰ ਚੇਤੇ ਰੱਖਿਓ, ਦੁਬਿਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਣ ਨਾ ਜਾਈ। ਮੈਂ ਕਹਿੰਦਾ ਭਾਈ ਮੰਝ ਜੀ ਵਰਗੇ ਆਪਣੇ ਹੱਥਾਂ ਵਿੱਚ ਕਈ ਪਕੜ ਕੇ ਗੁਰੂ ਅਰਜਨ ਦੇਵ ਜੀ ਦਾ ਹੁਕਮ ਮੰਨ ਕੇ ਆਪਣੇ ਘਰੋਂ ਸਖੀ ਸਰਵਰ ਦੀ ਜਗ੍ਹਾ ਢਾਉਂਦੇ ਨੇ, ਇਹ ਕਿਤੇ ਸ਼ਹਾਦਤ ਤੋਂ ਛੋਟਾ ਦਰਜਾ ਨਹੀਂ ਹੈ ਵੀ ਸਖੀ ਸਰਵਰ ਦੀ ਪੂਜਾ ਛੱਡ ਕੇ ਗੁਰੂ ਨਾਨਕ ਸਾਹਿਬ ਦੇ ਸਿੱਖ ਬਣ ਜਾਣਾ। ਦੁਆਬੇ ਵਿੱਚੋਂ ਭਾਈ ਮੰਝ, ਮਾਝੇ ਵਿੱਚੋਂ ਚੌਧਰੀ ਲੰਗਾ, ਚੌਧਰਤਾ ਛੱਡ ਕੇ, ਸਖੀ ਸਰਵਰ ਦੀ ਪੂਜਾ ਛੱਡ ਕੇ ਜਦੋਂ ਗੁਰੂ ਅਰਜਨ ਦੇਵ ਜੀ ਸ਼ਹੀਦ ਹੋਏ, ਜਿਹੜੇ ਪੰਜ ਸਿੱਖ ਨਾਲ ਗਏ ਸਨ ਉਹਨਾਂ ਵਿੱਚ ਚੌਧਰੀ ਲੰਗਾ ਵੀ ਸ਼ਾਮਿਲ ਸੀ, ਅਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੀਆਂ ਫੌਜਾਂ ਦੇ ਪ੍ਰਮੁੱਖ ਜਰਨੈਲ ਸਨ ਚੌਧਰੀ ਲੰਗਾ। ਅਤੇ ਜਦੋਂ ਲੋਹਗੜ੍ਹ ਦਾ ਯੁੱਧ ਲੜਿਆ ਜਾ ਰਿਹਾ ਸੀ, ਬੀਬੀ ਵੀਰੋ ਦਾ ਆਨੰਦ ਕਾਰਜ ਅੰਮ੍ਰਿਤਸਰ ਤੋਂ ਤਬਦੀਲ ਕਰਕੇ ਝਬਾਲ ਦੀ ਧਰਤੀ 'ਤੇ ਚੌਧਰੀ ਲੰਗਾ ਦੀ ਹਵੇਲੀ ਵਿੱਚ ਕੀਤਾ ਗਿਆ, ਅਤੇ ਇਸੇ ਤਰ੍ਹਾਂ ਮਾਲਵੇ ਦੀ ਧਰਤੀ 'ਤੇ ਭਾਈ ਬਹਿਲੋ ਸਭ ਤੋਂ ਪਹਿਲੋਂ ਜਿਨ੍ਹਾਂ ਨੇ ਸਖੀ ਸਰਵਰ ਦੀ ਪੂਜਾ ਛੱਡ ਕੇ ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਨੂੰ ਆਪਣੀ ਜ਼ਿੰਦਗੀ ਵਿੱਚ ਗ੍ਰਹਿਣ ਕੀਤਾ, ਇਹ ਜਿਉਂਦੇ ਸ਼ਹੀਦ ਸਨ। ਸ਼ਹੀਦ ਦਾ ਮਤਲਬ ਹੈ ਕਿ ਆਪਣੇ ਜੀਵਨ ਵਿੱਚੋਂ ਕੁਝ ਨਾ ਕੁਝ ਕੁਰਬਾਨ ਕਰ ਦੇਣਾ। ਜੇ ਸਾਰੇ ਲੋਕ ਲਾਲਚੀ ਨੇ, ਵਿਆਹਾਂ ਸਮੇਂ ਦਾਜ ਮੰਗਦੇ ਨੇ, ਕੋਈ ਮਾਂ ਪਿਓ ਅੱਗੇ ਆਵੇ ਅਤੇ ਕਵੇ ਮੈਂ ਆਪਣੇ ਬੱਚਿਆਂ ਦਾ ਵਿਆਹ ਦਾਜ ਤੋਂ ਬਿਨਾਂ ਕਰਨਾ, ਇਹ ਕੁਰਬਾਨੀ ਹੈ। ਕੁਰਬਾਨੀ ਦਾ ਮਤਲਬ ਹੁੰਦਾ ਕੁਝ ਤਿਆਗਣਾ, ਕੁਝ ਕੁਰਬਾਨ ਕਰ ਦੇਣਾ। ਜਦੋਂ ਵੀ ਕਿਸੇ ਆਦਰਸ਼ ਦੀ ਖਾਤਰ ਕੋਈ ਜੂਝਦਾ ਅਤੇ ਮੇਰੇ ਸਤਿਗੁਰਾਂ ਨੇ ਇਹ ਨਹੀਂ ਵੇਖਿਆ ਵੀ ਉਹ ਆਪਣੇ ਚਾਹੇ ਪਰਾਏ ਸਨ, ਸਾਹਿਬ ਕਹਿਣ ਲੱਗੇ ਆਸਾ ਦੀ ਵਾਰ ਤੁਸੀਂ ਉਸ ਧੁਨ 'ਤੇ ਗਾਉਣੀ ਹੈ, ਟੁੰਡੇ ਅਸਰਾਜੇ ਕੀ ਧੁਨੀ, ਕਿਉਂਕਿ ਅਸਰਾਜ ਅਤੇ ਸਾਰੰਗ ਰਾਜੇ ਸਨ,
पर किसी आदर्श की खातर जेडे किसी पासे खड़ो गए साढ़े घर विचों जदों भरूण हत्या की गल चले तो कोई एक मैंबर ही खड़ जाए भी खबरदार जे भरूण हत्या की सची मुची वो गिणती सूरमिया आएगी शहीदों में आएगी। आम करके आप अमीर वाले पासे तकड़े ताकतवर वाले पासे खड़ोने जदों पता भी हो गरीब का हक बनता है गरीब सच्चा है तो बहुते लोग ही करके मौका सार देंदे ने पर कोई गरीब वाले पासे खड़े तो सही सूरा सो पहचानी है जो लड़ै दीन के हेत दीन का अर्थ धर्म भी है तो दीन का अर्थ मजलूम भी है गरीब भी है। गुरु नानक साहब जी सूरमे ने क्योंकि वह मलक भागो नू छड़ के भाई लालो वाले पासे खड़ोंदे ये माण सी ना भी गरीबा नू कोई माण नहीं सी दिंदा उच्चियां नू ते सारे उच्चियां करदे सन पर कोई ये कवे कि नीचा अंदर नीच जात नीची हूँ अत नीच नानक तिन कै संग साथ वड्डियां स्यों क्या रीस कहन लगे जिथे नीच संभालियन तिथे नदर तेरी बख्शीस। सची मुची गोबिंद भावें गुरु होवे ते भावें परमात्मा होवे नीचों ऊच करे मेरा गोबिंद काहू ते ना डरे परमात्मा ते गुरु नीवियां नू उच्चियां करदे ने ते फिर किसे तो डरदे भी नहीं क्योंकि आम करके अमीरां दा ताकतवरां दा डर हुंदा ते साहब कहिंदे जिहड़े किसे आदर्श दी खातर लड़े ने जूझे ने किसे हक सच वल खड़ोते ने वह भावें ज्यौंदे भी ने वह सची मुची सूरमे ने ते उन्हां नू आपां ज्यौंदे शहीद कह सकते। हुण धन गुरु अर्जन देव महाराज लाहौर की तत्ती तवी ते बैठे ने ते अत दा मुतसबी जिहड़ा शेख बुखारी है ये उत्थे पहुंचिया आ के कहण लगा भी तुसी ते कहिंदे सी गुरु नानक साहब दे घर की आवाज़ बड़ी बुलंद है पर अज इंज नहीं लगता भी जिवें असी तुहाडी सच की आवाज़ नू चंदू दियां हवेलियां दियां जिहड़ियां कंधां ने इन्हां विच कैद कर लिया अज इंज नहीं लग रहा जिवें अग दियां लपटां विच तुहाडी सच की आवाज़ खामोश हो रही है। तो मेरे गुरु अर्जन देव महाराज कहण लगे मुर्तजा खां सच्यार नू तुसी मेट सकदे हो सच्यार नू कैद कर सकदे हो सच्यार नू तत्ती तवी ते बिठा सकदे हो कहण दा भाव कि गुरु दे सरूप ते तुसी ए सब कुछ कर सकदे हो पर ए सब कुछ करन दे बाद भी तुसी सिधांत नू ना साड़ सकदे हो ना डोब सकदे हो ना कट सकदे हो ते ना कदे सिधांत नू सच नू तुसी कैद कर सकदे हो ये भुलेखा अपने मना विचों दूर कर दिओ कि तुसी शायद सच्यार नू मेट के सच नू मिटा दिओगे। साहब कहण लगे कदे सच्यार दे मिट जाण नाल सच जिहड़ा है वह मिटदा नहीं सगों इहदे बाद एक समा करवट लैंदा हर जुल्म तों बाद एक क्रांति इनकलाब आउंदा है। उदों मेरे गुरु अर्जन देव महाराज जी ने बचन कहे सन जिहड़े किसी उर्दू दे कवि ने लिखे ने कहण लगे मेरी सदा को दबाना तो मुमकिन है लेकिन बदलते वक्त की रफ्तार कौन रोकेगा फशीले आतशो आहन बहुत बुलंद है सही लेकिन हयात की ललकार कौन रोकेगा मेरे ख्यालों की परवाज रोकने वालों हर गोबिंद की तलवार कौन रोकेगा। भाव नहीं रोक सकते तुसी इस जुल्म तो बाद जिहड़ा इनकलाब आउणा है ते जदों धन गुरु तेग बहादुर साहब दे तन दा ठीकरा औरंगजेब दी हुकूमत दे सिर भज्जिया ते इतिहास कहिंदा तब ते घटी पातशाही दिल्ली तब ते तुरक कला पई ढिल्ली तेग बहादुर धर्म धुज हरता तुरकन मूल चरण शरण तारन तरन नमो होए अनुकूल। जदों तन दा ठीकरा भज्जिया ते औरंगजेब दी जुलमिया हुकूमत दियां जड़ां हिल गईयां ते जदों साहबजादियां दी शहादत होई ये जड़ां पुटियां गईयां ते सची मुची आ किसानी संघर्ष दे दौरान भी जिहड़े तन दे ठीकरे भज्जे ने ना ये भी कुरबानियां अजाई नहीं जाणियां। जदों भी किसे हकूमत दे समें तन दे ठीकरे भज्जदे ने ओ उस हकूमत नूं हिला के रख दिंदे ने
जिन्नियां भी कुर्बानियां होंदियां ने यह समझ लैना उस जुलमिया हकूमत दे सिर तन दे शरीरां दे ठीकरे भज रहे ने ते जदों ये ठीकरे भजन ते फिर ओ जड़ां जिहड़ियां बहुत डूंगियां ते ताकतवर होण उन्हां नूं फिर हिलदियां कोई बहुता समां नहीं लगदा। जदों धन गुरु अर्जन देव महाराज जी तत्ती तवी ते बैठे सन ते उस वेले साईं मियां मीर जी भी उत्थे पहुंचे आ के कहण लगे सतगुरु जी कुछ क दिन तुहाडी संगत कीती उपदेश सुनिया मेरे विच इन्नी शक्ति है कि जे हुक्म दिओ ते मैं लाहौर ते दिल्ली दी इट नाल इट खड़का सकदा पर तुसीं प्रतख हर हुंदियां बड़े शांतमई ढंग नाल तत्ती तवी ते बैठ के शहादत प्राप्त कर रहे हो ते मेरे गुरु अर्जन देव महाराज जी ने कहा सी जे असी चाहिए ते दुनिया की कोई ताकत साढ़े ते ये कुछ नहीं कर सकती पर कदे साईं जी तुसी बीज नू दाने वल वेखियो जेड़ा बीज ये कवे कि मैनू घर विच लुको के रखियो मैनू बाहर कढ के खेतां विच ना बीजियो कहिंदे ओ बीज जां ते घरां विच ही घुण लग के खत्म हो जांदा है जां लोकी उन्हां दाणियां नू उस बीज नू चक्की ते भेज के उहदा आटा पीस के खा जांदे ने पर जिहड़ा बीज अपने आप नू मिट्टी विच मिला दवे वह उगदा है उहदा बूटा बणदा है उहनू फुल ते फल लगदे ने उहदा बड़ा विस्तार हुंदा है। किसे कवि ने लिखिया मिटा दे अपनी हस्ती को गर मर्तबा चाहे कि दाना खाक पे मिलकर गुले गुलजार होता है। अज जदों असीं गुरु नानक साहब जी की फलवाड़ी वल वेखदे हां जे गुरु कलगीधर पातशाह ने दो साहबजादे चमकौर साहब दो सरहंद दीआं दीवारां विच चिणवा के शहीद करवाए ते उस तों बाद शहादत दीआं जिवें झड़ियां लग गईआं होण जोड़ियां बन बन के कदे भाई सुखा सिंह ते भाई महताब सिंह दे रूप विच कदे भाई सुखा ते भाई जिंदा दे रूप विच फांसी दे रस्से चुम के अज समें दी हकूमत नूं वी दस दित्ता भी केवल इह ना कहो भी पुरातन सिख ही सन अज भी उन्हां दा विरसा उसे तरह कायम है कदे भाई सतवंत सिंह ते भाई बेअंत सिंह दे रूप विच इह सचमुच गुरु नानक साहब दी खिड़ी होई फलवाड़ी है ते मेरे गुरु अर्जन देव महाराज ने बचन कहे सन साईं जी असीं शहादत दा बीज बीजन लगे हाँ इहदा वेखियो दरख्त बनना इहदा इन्ना विस्तार होना है कि लाहौर दी धरती ते उगिया बूटा इहदे टाणे चांदनी चौंक तक पहुँचने ने इहदे फुल खिड़ने ने जा के चमकौर दी गढ़ी विच ते इहदियां छोटियां छोटियां कलियां तोड़ के सरहंद दी दीवार विच वी चिण दित्तियां जाणियां ने लखां आरे चल जाण लखां वारी रंबियां नाल खोपर लथ जाण लखां वारी दुश्मन चढ़ के आवे भावें तोपां ते टैंक आउण फांसियां दे रस्से आउण गोलियां दी वरखा होवे पर इस बूटे ने नहीं सुकना क्योंकि जिन्हों असी शहीद मानो विरसे दा प्रतीक मन के अपने खून दा पानी पा के सिंज चले हाँ लखां तरह दा तूफान लखां तरह दा वीराना पन लखां तरह दा जुलम रूपी पत झड़ आवे पर ये बूटा कदे नहीं जे सुकना। धन गुरु अर्जन देव महाराज दे बोल किसे कवि ने लिखे ने साहब कहण लगे थोड़े दिनां दे विच ही फुल इस दे खिड़ जाणगे सारे संसार अंदर। भाई तलविंदर सिंह वर्गे फुल ही ने ना जिहड़े खिड़े ने ते मेरे गुरु अर्जन देव महाराज जी दे बोल ने साईं जी अज असी अपने खून दा पानी पा के इस बूटे नूं सिंज चले हां तुसी वेखियो थोड़े दिनां दे विच ही फुल इस दे खिड़ जाणगे सारे संसार अंदर कोई चांदनी चौंक नूं भाग लासी चढ़ के देश दे दर्द प्यार अंदर मैक उठू चमकौर दी जू सारी टुटे जदों दो रुत बहार अंदर अद खिड़े ही तोड़ के टाणियां तो चिण देवेगा कोई दीवार अंदर सदा रहेगी बनी बहार इसते लागे खिजाने इस दे ढुकना नहीं लगी औड़ ते इसने सुकना नहीं क्योंकि खून शहीदां दा मुकना नहीं।
ਸਤਿ ਸ੍ਰੀ ਅਕਾਲ। ਜਦੋਂ ਸਤਿਗੁਰਾਂ ਨੇ ਆਪਣਾ ਸਰਬੰਸ ਤੱਕ ਵੀ ਕੁਰਬਾਨ ਕਰ ਦਿੱਤਾ ਨਾ, ਤੇ ਭਾਈ ਰਤਨ ਸਿੰਘ ਜੀ ਭੰਗੂ, ਜਿਹੜੇ ਭਾਈ ਮਹਿਤਾਬ ਸਿੰਘ ਮੀਰ ਕੋਟੀਆ ਉਹਨਾਂ ਦੇ ਪਰਿਵਾਰ ਵਿੱਚ ਜਨਮੇ ਨੇ, ਉਹਨਾਂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਲਿਖਿਆ, ਉਹਦੇ ਵਿੱਚ ਉਹਨਾਂ ਜ਼ਿਕਰ ਕੀਤਾ ਵੀ ਜਦੋਂ ਵੀ ਕੋਈ ਸਿੱਖ ਚਾਹੇ ਸ਼ਾਂਤਮਈ ਸ਼ਹਾਦਤ ਹੁੰਦੀ ਤੇ ਚਾਹੇ ਜੁਝਾਰੂ ਸ਼ਹਾਦਤ, ਜਦੋਂ ਵੀ ਕੋਈ ਸਿੱਖ ਸ਼ਹੀਦ ਹੋਣ ਲੱਗਦਾ ਤੇ ਉਹਦੇ ਸਾਹਮਣੇ ਕੋਈ ਲੋਭ ਲਾਲਚ ਆਉਂਦਾ, ਕੋਈ ਡਰਾਵਾ ਆਉਂਦਾ ਕਿ ਤੁਸੀਂ ਆਪਣੀ ਕੁੱਲ ਬਚਾ ਲਵੋ, ਤੇ ਉਹ ਸ਼ਹੀਦ ਹੋਣ ਤੋਂ ਪਹਿਲਾਂ ਇਹ ਕਿਹਾ ਕਰਦੇ ਸਨ ਕਿ ਸਾਡੀ ਖਾਤਰ ਸਾਡੇ ਗੁਰੂ ਸਾਹਿਬ ਨੇ ਆਪਣੀ ਕੁੱਲ ਕੁਰਬਾਨ ਕਰ ਦਿੱਤੀ, ਸਰਬੰਸ ਕੁਰਬਾਨ ਕਰ ਦਿੱਤਾ, ਅਸੀਂ ਆਪਣੀ ਕੁੱਲ ਬਚਾਉਣ ਵਾਸਤੇ ਧਰਮ ਤੋਂ ਮੂੰਹ ਮੋੜ ਲਈਏ। ਇਹ ਕਿੱਧਰ ਦੀ ਵਡਿਆਈ ਹੈ? ਇਹ ਪ੍ਰਾਚੀਨ ਪੰਥ ਪ੍ਰਕਾਸ਼ ਦੇ ਬੋਲ ਨੇ ਕਿ ਸਿੱਖਣ ਕਾਜ ਸੋ ਗੁਰੂ ਸਵਾਰੇ, ਸੀਸ ਦੀਏ ਸਨ ਨਿੱਜ ਪਰਵਾਰੇ, ਹਮ ਕਾਰਨ ਗੁਰ ਕੁਲੈ ਗਵਾਈ, ਹਮ ਕੁੱਲ ਰਾਖੈ ਕਵਨ ਵਡਾਈ। ਇਹੀ ਕਾਰਨ ਕਿ ਅੱਜ ਅਸੀਂ ਅਰਦਾਸ ਵੇ ਯਾਦ ਕਰਦੇ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਇਹ ਤਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਤੇ ਸੱਚੀ ਮੁੱਚੀ ਜਦੋਂ ਨਨਕਾਣਾ ਸਾਹਿਬ ਦਾ ਆਪਾਂ ਸਾਕਾ ਵੇਖਦੇ ਹਾਂ ਤੇ ਸਰਦਾਰ ਲਛਮਣ ਸਿੰਘ ਧਾਰੋਵਾਲੀ, ਜਿਹਦੇ ਬਾਰੇ ਕਿਸੇ ਲਿਖਾਰੀ ਨੇ ਲਿਖਿਆ, ਜਿਸ ਅੱਗ ਵਿੱਚ ਲਛਮਣ ਸਿੰਘ ਸੜਿਆ ਉਹ ਅੱਗ ਪਰਵਾਨਾ ਕੀ ਜਾਣੇ, ਪਰਵਾਨੇ ਸਮਾਂ ਤੇ ਸੜਦੇ ਨੇ, ਪਰ ਸੱਚੀ ਮੁੱਚੀ ਜਿਸ ਅੱਗ ਦੇ ਵਿੱਚ ਸੜ ਕੇ ਸ਼ਹੀਦੀ ਪ੍ਰਾਪਤ ਕੀਤੀ ਭਾਈ ਲਛਮਣ ਸਿੰਘ ਧਾਰੋਵਾਲੀ ਨੇ, ਦੁਨੀਆਂ ਦਾ ਪਰਵਾਨਾ ਉਸ ਅੱਗ ਨੂੰ ਕੀ ਜਾਣਦਾ, ਭਾਵ ਗੁਰੂ ਦੇ ਪਿਆਰ ਵਿੱਚ ਭਿੱਜ ਕੇ ਜਿਨ੍ਹਾਂ ਨੇ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਗੁਰੂ ਕਾਲ ਤੋਂ ਹੀ ਸ਼ਾਂਤਮਈ ਸ਼ਹਾਦਤਾਂ ਤੇ ਜੁਝਾਰੂ ਸ਼ਹਾਦਤਾਂ ਦੋਵੇਂ ਸ਼ੁਰੂ ਹੋ ਗਈਆਂ। ਜੇ ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਸ਼ਾਂਤਮਈ ਹੈ, ਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ, ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਸਤਿਗੁਰਾਂ ਵੱਲੋਂ ਚਾਹੇ ਚਾਰ ਧਰਮ ਯੁੱਧ ਲੜੇ ਗਏ, ਚਾਹੇ ਦਸਵੇਂ ਜਾਮੇ ਵਿੱਚ 14 ਧਰਮ ਜੰਗਾਂ ਲੜ ਕੇ ਫਤਿਹ ਕੀਤੀਆਂ, ਇਹਨਾਂ ਵਿੱਚ ਜੁਝਾਰੂ ਸ਼ਹਾਦਤਾਂ ਹੋਈਆਂ ਨੇ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸ਼ਾਂਤਮਈ ਹੈ, ਵੱਡੇ ਸਾਹਿਬਜ਼ਾਦੇ ਜੂਝ ਕੇ ਸ਼ਹੀਦ ਹੋਏ ਨੇ, ਭਾਈ ਮਨੀ ਸਿੰਘ ਹੋਣਾ ਦੀ ਸ਼ਹਾਦਤ ਸ਼ਾਂਤਮਈ ਹੈ, ਤੇ ਮੈਂ ਕਹਿੰਦਾ ਸ਼ਾਂਤਮਈ ਸ਼ਹਾਦਤ ਵੀ ਕਈ ਵਾਰ ਹਿਲਾ ਕੇ ਰੱਖ ਦਿੰਦੀ ਹੈ। ਜਦੋਂ ਭਾਈ ਮਨੀ ਸਿੰਘ ਹੋਣਾ ਦਾ ਬੰਦ ਬੰਦ ਕੱਟਣ ਵਾਸਤੇ ਗੁੱਟ ਦੇ ਉੱਪਰੋਂ ਕੱਟਣ ਲਈ ਜਲਾਦ ਆਪਣੇ ਹੱਥ ਵਿੱਚ ਟੋਕਾ ਪਕੜ ਕੇ ਆਉਂਦਾ, ਤੇ ਭਾਈ ਮਨੀ ਸਿੰਘ ਅੱਗੋਂ ਕਹਿੰਦੇ ਨੇ ਵੀ ਤੈਨੂੰ ਹੁਕਮ ਬੰਦ ਬੰਦ ਕੱਟਣ ਦਾ, ਤੇ ਬੰਦ ਇਸ ਗੁੱਟ ਤੋਂ ਨਹੀਂ, ਬੰਦ ਉਂਗਲ ਤੋਂ ਨਹੀਂ, ਬੰਦ ਤਾਂ ਪੋਟੇ ਤੋਂ ਬਣਦਾ, ਵੀ ਜਿਹਨੇ ਬੰਦ ਬੰਦ ਕਟਵਾਉਣਾ ਜਦੋਂ ਉਹ ਨਹੀਂ ਡਰ ਰਿਹਾ ਤੇ ਤੈਨੂੰ ਕਾਹਦਾ ਡਰ। ਕਹਿਣ ਲੱਗੇ ਤੂੰ ਆਪਣੇ ਕੌਲ ਵਿੱਚ ਪੂਰਾ ਰਹੋ, ਤੇ ਇੱਕ ਗੱਲ ਮੈਂ ਤੇਰੇ ਨਾਲ ਵਾਅਦਾ ਕਰਦਾ ਵੀ ਲੋਕਾਂ ਲਈ ਤੂੰ ਜਲਾਦ ਹੋ ਸਕਦਾ, ਪਰ ਮੈਨੂੰ ਪਤਾ ਵੀ ਤੇਰਾ ਕਸੂਰ ਕੋਈ ਨਹੀਂ, ਤੈਨੂੰ ਤੇ ਹੁਕਮ ਹੋਇਆ। ਉਸ ਵੇਲੇ ਭਾਈ ਮਨੀ ਸਿੰਘ ਹੋਣਾ ਨੇ ਕਿਹਾ ਸੀ, ਸੱਜਣਾ ਤੂੰ ਆਪਣਾ ਕੰਮ ਕਰ, ਤੂੰ ਇਹ ਨਾ ਸੋਚੀ ਵੀ ਮੇਰੇ ਮਨ ਵਿੱਚ ਤੇਰੇ ਪ੍ਰਤੀ ਕੋਈ ਨਫ਼ਰਤ ਹੈ, ਲੋਕਾਂ ਲਈ ਤੂੰ ਜਲਾਦ ਹੋ ਸਕਦਾ ਪਰ ਮੇਰੇ ਲਈ ਤਾਂ ਤੂੰ ਵੀ ਰੱਬ ਦੀ ਯਾਦ ਹੈ। ਕਿੰਨੀ ਉੱਚੀ ਅਵਸਥਾ ਹੋਵੇਗੀ ਭਾਈ ਮਨੀ ਸਿੰਘ ਦੀ ਵੀ ਜਿਹੜਾ ਟੁਕੜੇ ਟੁਕੜੇ ਕਰਨ ਆਇਆ ਉਹਦੇ ਵਿੱਚੋਂ ਵੀ ਰੱਬ ਦਿਸਦਾ, ਤੇ ਅੱਜ ਸਾਨੂੰ ਇੱਕ ਸਿੱਖ ਨੂੰ ਦੂਸਰੇ ਸਿੱਖ ਵਿੱਚੋਂ ਰੱਬ ਨਹੀਂ ਦਿਸ ਰਿਹਾ, ਪਰ ਭਾਈ ਮਨੀ ਸਿੰਘ ਦੀ ਕਿੰਨੀ ਉੱਚੀ ਅਵਸਥਾ ਹੋਵੇਗੀ ਕਿ ਜਲਾਦ ਵਿੱਚੋਂ ਵੀ ਕਹਿੰਦੇ ਨੇ ਰੱਬ ਨਜ਼ਰ ਆਉਂਦਾ। ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ, ਜਦ ਟੋਕਾ ਪਕੜ ਜਲਾਦ ਆਇਆ, ਜਦੋਂ ਗੁੱਟ ਉੱਤੇ ਉਸ ਹੱਥ ਪਾਇਆ, ਤਦ ਭਾਈ ਮਨੀ ਸਿੰਘ ਬੋਲ ਗਏ, ਵੋ ਮਰਦ ਜੋ ਕਾਮਲ ਕੌਲ ਰਹੇ, ਇਹ ਵੇਲਾ ਨਹੀਂ ਗੱਲ ਤੋਂ ਹਟਣ ਦਾ, ਉਹ ਤੈਨੂੰ ਹੁਕਮ ਹੀ ਬੰਦ ਬੰਦ ਕੱਟਣ ਦਾ, ਜੋ ਹੋਣਾ ਹੈ ਨਾ ਮੁੜਨਾ ਹੈ, ਤੂੰ ਕੱਟਣਾ ਹੈ ਮੈਂ ਜੁੜਨਾ ਹੈ। ਅੱਜ ਸਿੱਖ ਸਾਬਤ ਹੋ ਕੇ ਵੀ ਗੁਰੂ ਨਾਲ ਪਰਮਾਤਮਾ ਨਾਲ ਨਹੀਂ ਜੁੜ ਰਿਹਾ, ਪਰ ਭਾਈ ਮਨੀ ਸਿੰਘ ਕਹਿਣ ਲੱਗੇ ਜਿਵੇਂ ਜਿਵੇਂ ਤੂੰ ਮੈਨੂੰ ਕੱਟੀ ਜਾਣਾ ਹੈ ਨਾ, ਤਿਵੇਂ ਤਿਵੇਂ ਮੈਂ ਜੁੜੀ ਜਾਣਾ, ਜੋ ਹੋਣਾ ਹੈ ਨਾ ਮੁੜਨਾ ਹੈ, ਤੂੰ ਕੱਟਣਾ ਹੈ ਮੈਂ ਜੁੜਨਾ ਹੈ, ਲੋਕਾਂ ਲਈ ਜਲਾਦ ਹੈ ਤੂੰ ਪਰ ਮੇਰੇ ਲਈ ਰੱਬ ਦੀ ਯਾਦ ਹੈ ਤੂੰ। ਤੇ ਅਕਸਰ ਭਾਈ ਮਨੀ ਸਿੰਘ ਕਹਿੰਦੇ ਸਨ
ਵੀ ਆਹ ਜਿਹੜੀ ਦੇਹ ਹੈ ਨਾ ਸਰੀਰ ਹੈ ਇਹਦੀ ਆਪਾਂ ਕੀ ਗੱਲ ਕਰਨੀ ਹੈ ਕਿਉਂਕਿ ਇਹ ਤਾਂ ਆਉਣ ਜਾਣ ਵਾਲੀ ਹੈ। ਜੇ ਸਰੀਰ ਕੁਰਬਾਨ ਕਰਕੇ ਦੇਹ ਤਿਆਗ ਕੇ ਵੀ ਸਿੱਖੀ ਨਿਭਾਈ ਜਾਵੇ ਧਰਮ ਬਚਦਾ ਹੋਵੇ ਤੇ ਇਹ ਸੌਦਾ ਮਹਿੰਗਾ ਨਹੀਂ। ਅਕਸਰ ਭਾਈ ਮਨੀ ਸਿੰਘ ਕਿਹਾ ਕਰਦੇ ਸਨ ਦੇਹੀ ਕਿਸ ਕੀ ਵਾਪਰੀ, ਸਿੱਖੀ ਜੇ ਸਾਬਤ ਹੋਏ ਦੇਹ ਤੋਂ ਆਵਣ ਜਾਣ ਹੈ ਸਿੱਖੀ ਲੱਭੈ ਕਿਮ ਹੋਏ। ਇਹ ਸਰੀਰ ਬਣਦੇ ਨੇ ਸਰੀਰ ਵਿਨਸਦੇ ਨੇ, ਦਿਆਂ ਆਉਣ ਜਾਣ ਵਾਲੀਆਂ ਨੇ। ਭਾਵੇਂ ਜਪਜੀ ਸਾਹਿਬ ਪੜ੍ਹ ਲਓ ਅਤੇ ਭਾਵੇਂ ਆਸਾ ਦੀ ਵਾਰ ਪੜ੍ਹ ਲਓ। ਮੇਰੇ ਗਰੀਬ ਨਵਾਜ ਨੇ ਜ਼ਿਕਰ ਕੀਤਾ ਗਾਵੈ ਕੋ ਸਾਜ ਕਰੇ ਤਨ ਖੇ, ਗਾਵੈ ਕੋ ਜੀ ਲੈ ਫਿਰ ਦੇ। ਪਰਮਾਤਮਾ ਨੂੰ ਕੋਈ ਇੰਝ ਗਾ ਰਿਹਾ ਵੀ ਪਰਮਾਤਮਾ ਸਾਜਦਾ ਫਿਰ ਖੇ ਵਿੱਚ ਮਿਲਾ ਦਿੰਦਾ, ਸਾਡੇ ਸਰੀਰਾਂ ਵਿੱਚ ਜੋਤ ਰੱਖਦਾ ਫਿਰ ਕੱਢ ਲੈਂਦਾ। ਅਤੇ ਆਸਾ ਦੀ ਵਾਰ ਵਿੱਚ ਬਚਨ ਨੇ ਦੇ ਲੈਸੈਂ ਜਿੰਦ ਕਵਾਓ, ਕਵਾਓ ਦਾ ਅਰਥ ਕਵਚ ਸਰੀਰ ਅਤੇ ਜਿੰਦ ਦਾ ਮਤਲਬ ਜਾਨ। ਉਹ ਦਿੰਦਾ ਵੀ ਹੈ ਅਤੇ ਉਹ ਸਰੀਰਾਂ ਵਿੱਚੋਂ ਜਾਨ ਕੱਢਦਾ ਵੀ ਹੈ, ਕਿਉਂਕਿ ਇਸ ਜਾਂ ਕੀ ਤੋਂ ਕੋਈ ਬਾਤ ਨਹੀਂ, ਇਹ ਜਾਂ ਤੋਂ ਆਤੀ ਜਾਤੀ ਹੈ। ਜਿਸ ਧੱਜ ਸੇ ਕੋਈ ਮਕਤਲ ਮੇ ਗਿਆ ਉਹ ਸ਼ਾਨ ਸਲਾਮਤ ਰਹਿਤੀ ਹੈ। ਸਾਹਿਬਜ਼ਾਦਿਆਂ ਨੇ ਕਿਹਾ ਸੀ 7 ਸਾਲ ਔਰ ਜੀ ਕੇ ਵੀ ਮਰਨਾ ਜ਼ਰੂਰ ਥਾ, ਪਰ ਸਰ ਕੌਮ ਸੇ ਬਚਾਨਾ ਜੇ ਗੈਰਤ ਸੇ ਦੂਰ ਥਾ, ਕਿ ਜੇ ਕਿਤੇ ਸੈਂਕੜੇ ਸਾਲ ਵੀ ਆਪਾਂ ਹੋਰ ਜੀ ਲਈਏ ਆਖਰ ਮਰਨਾ, ਪਰ ਆਪਣੀ ਕੌਮ ਤੋਂ ਸਿਰ ਬਚਾ ਲੈਣਾ ਅਤੇ ਕੌਮ ਧਰਮ ਨੂੰ ਧੋਖਾ ਦੇਣਾ। ਕਹਿਣ ਲੱਗੇ ਇਹ ਗੈਰਤ ਤੋਂ ਅਣਖ ਤੋਂ ਕਿਤੇ ਦੂਰ ਹੈ, ਕਿਉਂਕਿ ਆਮ ਕਰਕੇ ਲੋਕ ਸਿਰ ਬਚਾਉਣ ਵਾਸਤੇ ਧਰਮ ਤਿਆਗ ਦਿੰਦੇ ਨੇ, ਪਰ ਸ਼ਹੀਦ ਉਹ ਹੈ ਜਿਹੜਾ ਧਰਮ ਨੂੰ ਬਚਾਉਣ ਵਾਸਤੇ ਆਪਣਾ ਸਿਰ ਲਾ ਦਿੰਦਾ। ਬੜਾ ਵੱਡਾ ਅੰਤਰ ਹੈ, ਭਾਵ ਕਿ ਸਿਰ ਦੇ ਕੇ ਜਿਹੜਾ ਧਰਮ ਹੈ ਉਹਨੂੰ ਬਚਾਇਆ ਜਾ ਸਕਦਾ, ਔਰ ਧਰਮ ਦੀ ਖਾਤਰ ਅਨੇਕਾਂ ਨੇ ਆਪਣੇ ਸਿਰ ਜਿਹੜੇ ਨੇ ਉਹ ਦਿੱਤੇ ਨੇ। ਅਤੇ ਜਦੋਂ ਅਸੀਂ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਵੇਖਦੇ ਹਾਂ, 75 ਸਾਲ ਦੀ ਉਮਰ ਵਿੱਚ ਬੁੱਢਾ ਜਰਨੈਲ ਸਿਰਲੱਤ ਯੋਧਾ 18 ਸੇਰ ਦਾ ਖੰਡਾ ਖੜਕਾਉਂਦਾ, ਪਰ ਇਹ ਤਾਕਤ ਇਹ ਬਲ ਮਿਲਿਆ ਕਿੱਥੋਂ? ਕਿਸੇ ਲਿਖਾਰੀ ਨੇ ਬੜਾ ਸੁੰਦਰ ਲਿਖਿਆ, ਕਹਿਣ ਲੱਗੇ ਔਰੰਗਜ਼ੇਬ ਉਹਦੇ ਮਨ ਵਿੱਚ ਇੱਕ ਡਰ ਸੀ ਵੀ ਜਿੰਨੇ ਮੁਸਲਮਾਨ ਮੈਂ ਤਲਵਾਰ ਦੇ ਜ਼ੋਰ ਨਾਲ ਬਣਾਉਣਾ ਉਹ ਸੰਗੀਤ ਦੀ ਦੁਨੀਆ ਵਿੱਚ ਜਾ ਕੇ ਗਰਕ ਹੋ ਜਾਂਦੇ ਨੇ। ਜਦੋਂ ਵੇਸ਼ਵਾ ਦੇ ਕੋਠੇ 'ਤੇ ਉਹ ਰਾਗ ਨਾਦ ਸੰਗੀਤ ਸੁਣਦੇ ਨੇ, ਉਹਨੇ ਰਾਗ ਨੂੰ ਹਰਾਮ ਕਹਿ ਕੇ ਰਾਗ 'ਤੇ ਸੰਗੀਤ 'ਤੇ ਪਾਬੰਦੀ ਲਾ ਦਿੱਤੀ। ਗੁਰੂ ਤੇਗ ਬਹਾਦਰ ਸਾਹਿਬ ਐਸੇ ਸੂਰਮੇ ਕਿ ਉਹਨਾਂ ਨੇ ਇੱਕ ਨਵਾਂ ਰਾਗ ਜੈਜਾਵੰਤੀ ਉਹਦੇ ਵਿੱਚ ਫਿਰ ਸ਼ਬਦ ਉਚਾਰਨ ਕੀਤੇ, ਜਿਹੜੇ 69 ਸ਼ਬਦ ਅਤੇ 57 ਸ਼ਲੋਕ ਨੇ ਨਾ। ਪਹਿਲਾਂ ਬਾਣੀ 30 ਰਾਗਾਂ ਵਿੱਚ ਸੀ ਅਤੇ ਸੂਰਮੇ ਨੇ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਔਰੰਗਜ਼ੇਬ ਰਾਗ 'ਤੇ ਪਾਬੰਦੀ ਲਾਉਂਦਾ ਸੰਗੀਤ 'ਤੇ ਪਾਬੰਦੀ ਲਾਉਂਦਾ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੈਜਾਵੰਤੀ ਇੱਕ ਨਵਾਂ ਰਾਗ ਜਿਹੜਾ 71ਵਾਂ ਰਾਗ ਹੈ ਉਹਦੇ ਵਿੱਚ ਵੀ ਬਾਣੀ ਉਚਾਰਨ ਕਰਦੇ ਨੇ ਅਤੇ ਦੱਸ ਦਿੱਤਾ ਗੁਰੂ ਘਰ ਨੇ ਵੀ ਔਰੰਗਜ਼ੇਬ ਤਲਵਾਰ ਦੇ ਜ਼ੋਰ ਨਾਲ ਮੁਸਲਮਾਨ ਬਣਾਉਂਦਾ ਅਤੇ ਸੰਗੀਤ ਦੀ ਦੁਨੀਆ ਵਿੱਚ ਜਾ ਕੇ ਉਹ ਗਰਕ ਹੋ ਜਾਂਦੇ ਨੇ, ਪਰ ਗੁਰੂ ਘਰ ਬਿਲਕੁਲ ਇਸ ਤੋਂ ਉਲਟ ਹੈ। ਗੁਰੂ ਘਰ ਵਿੱਚ ਜਿਹੜੇ ਜੀਵਨ ਗੁਰਮਤ ਸੰਗੀਤ ਸੁਣ ਕੇ ਆਸਾ ਦੀ ਵਾਰ ਦਾ ਕੀਰਤਨ ਸੁਣ ਕੇ ਬਣੇ ਉਹ ਜੀਵਨ ਆਰਿਆਂ ਹੇਠ ਵੀ ਕਾਇਮ ਰਹੇ, ਚਰਖੜੀਆਂ 'ਤੇ ਚੜ੍ਹ ਕੇ ਵੀ ਕਾਇਮ ਰਹੇ, ਚਾਹੇ 84 ਦਾ ਤਸ਼ੱਦਦ ਹੋਇਆ ਉਦੋਂ ਵੀ ਕਾਇਮ ਰਹੇ ਅਤੇ ਚਾਹੇ ਮੌਜੂਦਾ ਸਮੇਂ ਆਪਾਂ ਵੇਖਦੇ ਹਾਂ ਉਹ ਜੀਵਨ ਗੋਲੀਆਂ ਖਾ ਕੇ ਵੀ, ਟੈਂਕਾਂ ਦੇ ਮੂਹਰੇ ਤੋਪਾਂ ਅੱਗੇ ਛਾਤੀਆਂ ਤਾਣ ਕੇ ਵੀ ਖਤਮ ਨਾ ਹੋਏ, ਕਿਉਂਕਿ ਉਹ ਜੀਵਨ ਆਸਾ ਦੀ ਵਾਰ ਵਿੱਚੋਂ ਮਿਲੇ ਸਨ। ਅਤੇ ਕਿਸੇ ਕਵੀ ਨੇ ਲਿਖਿਆ ਜਿਹਨੂੰ ਮੈਂ 2 ਤਾਰਾ ਸਾਜ ਪਕੜ ਕੇ ਆਸਾ ਦੀ ਵਾਰ ਦਾ ਕੀਰਤਨ ਕਰਦਿਆਂ ਵੇਖਿਆ, ਜੇ ਲੋੜ ਪਈ ਤੇ 18 ਸੇਰ ਦਾ ਖੰਡਾ ਖੜਕਾਉਣ ਵਾਸਤੇ ਵੀ ਉਹ ਤੁਰਿਆ। ਲੈਕਰ ਦੁਤਾਰਾ ਗਾਵੈ ਸੰਗਤ ਮੇ ਵਾਰ ਆਸਾ, ਪਕੜ ਦੁਤਾਰਾ ਬਾਹੀ ਛਤਰ ਸਿਰ ਆਰਾ ਹੈ, ਕੜਸ਼ਾ ਲੈ ਹਾਥ ਵਰਤਾਵਤ ਅਤੁੱਟ ਦੇਗ, ਕਠਨ ਕੁਦੰਡ ਬਾਣ ਬੇਦ ਕਰੇ ਪਾਰਾ ਹੈ, ਭਗਤ ਗਿਆਨ ਪ੍ਰੇਮ ਔ ਵੈਰਾਗ ਕੀ ਸੁਣਾਵੇ ਕਥਾ, ਚੜ੍ਹ ਕੇ ਤੁਰੰਗ ਜੰਗ ਲਲਕਾਰਾ ਹੈ, ਤਤ ਗਿਆਨੀ ਗਿਰ ਹੀ ਉਦਾਸੀ ਜੋਧਾ, ਵਾਹ ਵਾਹ ਦਸਮੇਹ ਜੀ ਕਾ ਖਾਲਸਾ ਨਿਆਰਾ ਹੈ। ਇੱਕੋ ਸਿੱਖ ਦੇ ਵਿੱਚ ਇੰਨੇ ਗੁਣ ਭਰ ਦਿੱਤੇ,
कि उहदे विच राज योग वाला मीरी पीरी वाला भगती शक्ति वाला जिहड़ा गुण सतगुरां ने बख्शिश कीता सी उहदे मुताबक इको सिख दे विच जिथे भगती सरशार है उहदे जीवन विच उत्थे सचमुच ਉਹ ਸਿਪਾਹੀ ਪੁਣੇ ਨੂੰ ਵੀ ਕਾਇਮ ਰੱਖਦਾ ਜਦੋਂ ਦੇਸ਼ ਕੌਮ ਦੀ ਖਾਤਰ ਮਨੁੱਖਤਾ ਦੀ ਖਾਤਰ ਲੋੜ ਪਵੇ ਤੇ ਉਹਨੇ ਫਿਰ ਆਪਣਾ ਆਪ ਕੁਰਬਾਨ ਕੀਤਾ ਔਰ ਅੱਜ ਵੀ ਭਾਵੇਂ ਗੱਲ ਦੇਸ਼ ਦੀ ਹੋਵੇ ਕੌਮ ਦੀ ਹੋਵੇ ਧਰਮ ਸੱਚ ਹੱਕ ਦੀ ਹੋਵੇ ਸਭ ਤੋਂ ਵੱਧ ਕੁਰਬਾਨੀਆਂ ਜਿਹੜੀਆਂ ਨੇ ਉਹ ਗੁਰੂ ਕੇ ਸਿੱਖਾਂ ਦੀਆਂ ਨੇ ਭਾਵੇਂ ਇਸ ਦੇਸ਼ ਨੂੰ ਮੁਗਲਾਂ ਤੋਂ ਆਜ਼ਾਦ ਕਰਾਇਆ ਤੇ ਚਾਹੇ ਅੰਗਰੇਜ਼ਾਂ ਤੋਂ ਆਜ਼ਾਦ ਕਰਾਇਆ ਜਦੋਂ ਵੀ ਅਸੀਂ ਇਤਿਹਾਸ ਦੇ ਬੋਲ ਪੜ੍ਹਦੇ ਹਾਂ ਤੇ ਉਹ ਇਤਿਹਾਸਕਾਰ ਕਹਿੰਦੇ ਨੇ ਕਬੀ ਨਾਦਰ ਤੁਸੇ ਡਰਤਾ ਥਾ ਅਬਦਾਲੀ ਵੀ ਖਮ ਖਾਤਾ ਥਾ ਤਬ ਤੁਝਕੋ ਏਕ ਲਗਨ ਥੀ ਦੁਖੀਆਂ ਕਾ ਦਰਦ ਵੰਡਾਣੇ ਕੀ ਅੱਜ ਵੀ ਪੰਜਾਬ ਦੇ ਬੋਲੇ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਭਾਰਤ ਨੂੰ ਲੁੱਟਦੇ ਸਨ ਬਹੁ ਬੇਟੀਆਂ ਨੂੰ ਗੁਲਾਮ ਬਣਾ ਕੇ ਲਿਜਾਂਦੇ ਸਨ ਤੇ ਸਿੱਖ ਧਾਵਾ ਬੋਲ ਕੇ ਉਹਦੇ ਕੋਲੋਂ ਧਨ ਦੌਲਤ ਖੋਹ ਕੇ ਗਰੀਬਾਂ ਵਿੱਚ ਵੰਡਦੇ ਲੋਕਾਂ ਦੀਆਂ ਬਹੁ ਬੇਟੀਆਂ ਨੂੰ ਉਹਨਾਂ ਦੇ ਘਰਾਂ ਵਿੱਚ ਪਹੁੰਚਾਉਂਦੇ ਕਿਸੇ ਕਵੀ ਦੇ ਬੋਲ ਨੇ ਕਿ ਜਦੋਂ ਕਿਤੇ ਵੀ ਐਸਾ ਜ਼ੁਲਮ ਹੋਇਆ ਅਕਾਲ ਕਾ ਨਾਰਾ ਮਾਰਾ ਤਬ ਗੁਰੂ ਗੋਬਿੰਦ ਸਿੰਘ ਕੇ ਗਾਜੀ ਸਿੰਘੋ ਨੇ ਭੈ ਭੀਤ ਹੋਈ ਅਰ ਕਾਂਪ ਉੱਠੀ ਜੋ ਮਾਨ ਮਤੀ ਤੁਰਕਾਨੀ ਥੀ ਪੰਜਾਬ ਕੇ ਬੋਲੇ ਸ਼ਾਹਦ ਹੈ ਜਿਸਮੇਂ ਲਟਕ ਰਹੀ ਲੀਰੇ ਉਸ ਭਾਗ ਰਹੇ ਦੁਰਾਨੀ ਕੀ ਪੁਸ਼ਾਕ ਜਹਾਂ ਉਲਝਾਨੀ ਥੀ ਦੁਰਾਨੀਆਂ ਤੇ ਅਬਦਾਲੀਆਂ ਦੇ ਭੱਜਦਿਆਂ ਉਹਨਾਂ ਦੀਆਂ ਪੁਸ਼ਾਕਾਂ ਝਾੜੀਆਂ ਵਿੱਚ ਚੜ ਕੇ ਜਿੱਥੇ ਲੀਰੋ ਲੀਰ ਹੋਈਆਂ ਪੰਜਾਬ ਦੇ ਬੋਲੇ ਅੱਜ ਵੀ ਇਸ ਗੱਲ ਦੀ ਸ਼ਾਦੀ ਤੇ ਗਵਾਹੀ ਦਿੰਦੇ ਨੇ ਕਿ ਸਾਡੇ ਗੁਰਸਿੱਖ ਆਖਿਆ ਕਰਦੇ ਸਨ ਜੰਗਲ ਦੇ ਪੱਤੇ ਪੁਕਾਰ ਪੁਕਾਰ ਕਹਿਤੇ ਹੈ ਤੁਹਾਡੇ ਪੁੱਤ ਪੋਤਰੇ ਚੋਪੜੀਆਂ ਖਾਣਗੇ ਭਾਵ ਚਾਹੇ ਉਹ ਛੋਟਾ ਘੱਲੂਘਾਰਾ ਵੱਡਾ ਘੱਲੂਘਾਰਾ ਭਾਈ ਤਾਰੂ ਸਿੰਘ ਹੋਣਾ ਦੀ ਸ਼ਹਾਦਤ ਭਾਈ ਤਾਰਾ ਸਿੰਘ ਮਾਂ ਨੇ ਸ਼ਹਾਦਤ ਦਿੱਤੀ ਅਤੇ ਚਾਹੇ ਜਦੋਂ ਵੀ ਕਿਤੇ ਲੋੜ ਪਈ ਆਪਾਂ ਵੇਖਦੇ ਹਾਂ ਮੌਜੂਦਾ ਸਮੇਂ ਵੀ ਜਿਹੜਾ ਸਾਡਾ ਸ਼ਹਾਦਤ ਦਾ ਵਿਰਸਾ ਇਹ ਕਦੇ ਨਾ ਖਤਮ ਹੋਇਆ ਅਤੇ ਨਾ ਕਦੇ ਖਤਮ ਹੋਣਾ ਸਾਡਾ ਕੱਟੜ ਦੁਸ਼ਮਣ ਜਿਹੜਾ ਜ਼ਕਰੀਆ ਖਾਂ ਸੀ ਜਦੋਂ ਨਾਦਰ ਸ਼ਾਹ ਦੁਰਾਨੀ ਪੁੱਛਦਾ ਨਾ ਤੇ ਉਹਨੂੰ ਦੱਸਦਿਆਂ ਇਹ ਗੱਲ ਵਾਰ ਵਾਰ ਉਹ ਕਹਿੰਦਾ ਵੀ ਇਨਕੋ ਮਾਰਤ ਹਮ ਥੱਕ ਗਇਓ ਕਹਿਣ ਲੱਗਾ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਨੇ ਇਹਨਾਂ ਨੂੰ ਮਾਰਦਿਆਂ ਅਸੀਂ ਥੱਕ ਗਏ ਹਾਂ ਇੱਥੇ ਤੱਕ ਵੀ ਕਿਹਾ ਕਿ ਜਿਮ ਕਾਟੇ ਤੇ ਵਧੇ ਗੁਲਾਬ ਜਿਵੇਂ ਗੁਲਾਬ ਦੀ ਫਸਲ ਨੂੰ ਜਿੰਨਾ ਕੱਟੀਏ ਉਹ ਓਨਾ ਹੋਰ ਵਿਸਥਾਰ ਕਰਦੀ ਹੈ ਕਿਉਂਕਿ ਜਿੱਥੇ ਅੰਬਾਂ ਨੂੰ ਪਿਆ ਬੂਰ ਹੋਵੇ ਕੋਇਲ ਉਸ ਥਾਂ ਆ ਕੇ ਚਹਿਕਦੀ ਏ ਜਿੱਥੇ ਜਿੱਥੇ ਸ਼ਹੀਦਾਂ ਦੀ ਰੱਤ ਡੁੱਲੇ ਉੱਥੇ ਫਸਲ ਗੁਲਾਬ ਦੀ ਮਹਿਕਦੀ ਆ 84 ਵੇਲੇ ਜਿੱਥੇ ਬਲੈਕ ਥੰਡਰ ਹੋਇਆ ਜਿੱਥੇ ਬਲਿਊ ਸਟਾਰ ਹੋਇਆ ਉੱਥੇ ਬਾਅਦ ਵਿੱਚ ਇੱਕ ਵੁੱਡ ਰੋਜ਼ ਓਪਰੇਸ਼ਨ ਚਲਾਇਆ ਗਿਆ ਕਿ ਪਿੰਡਾਂ ਵਿੱਚੋਂ ਚੁਣ ਚੁਣ ਕੇ ਚੜ੍ਹਦੀ ਜਵਾਨੀ ਮੁਸ਼ਕੁੱਟ ਜਿਹੜੇ ਗੱਭਰੂ ਨੇ ਉਹਨਾਂ ਨੂੰ ਚੁਣ ਚੁਣ ਕੇ ਪਿੰਡਾਂ ਵਿੱਚੋਂ ਪਕੜ ਪਕੜ ਕੇ ਮਾਰਿਆ ਗਿਆ ਉਹਨਾਂ ਸੋਚਿਆ ਵੀ ਸ਼ਾਇਦ ਸਿੱਖ ਕੌਮ ਖਤਮ ਹੋ ਗਈ ਪਰ ਇਹ ਤਾਂ ਉਦੋਂ ਖਤਮ ਨਹੀਂ ਹੋਈ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਵੱਡੇ ਘੱਲੂਘਾਰੇ ਦੇ ਦੌਰਾਨ ਬਹੁਤ ਵੱਡਾ ਸਿੱਖ ਕੌਮ ਦਾ ਨੁਕਸਾਨ ਕੀਤਾ ਅਤੇ ਇੰਨੀ ਚੜ੍ਹਦੀ ਕਲਾ ਕਿ ਸਾਡੇ ਜਰਨੈਲ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਸਰਦਾਰ ਜੱਸਾ ਸਿੰਘ ਰਾਮਗੜੀਏ ਵਰਗੇ ਸਰਦਾਰ ਬਘੇਲ ਸਿੰਘ ਵਰਗੇ ਅਤੇ ਖਾਸ ਕਰਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਸਰਦਾਰ ਚੜ੍ਹਤ ਸਿੰਘ ਜਿਹੜਾ ਅਹਿਮਦ ਸ਼ਾਹ ਅਬਦਾਲੀ ਦੇ ਸਾਹਮਣੇ ਡਟ ਕੇ ਖੜੋਤਾ ਸੀ ਅਤੇ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਪਾਣੀਪਤ ਦੀ ਤੀਜੀ ਲੜਾਈ ਵਿੱਚ ਮਰਹੱਟਿਆਂ ਨੂੰ ਖਦੇੜ ਕੇ ਰੱਖ ਦਿੱਤਾ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਸੋਚਿਆ ਵੀ ਮੈਂ ਵੱਡਾ ਘੱਲੂ ਕਰਕੇ ਸਿੱਖਾਂ ਨੂੰ ਬਹੁਤ ਡਰਾ ਦਿੱਤਾ ਹੁਣ ਇਹਨਾਂ ਦੀ ਜ਼ਰੂਰਤ ਨਹੀਂ ਪਵੇਗੀ ਕਿ ਕੋਈ ਮੇਰੇ ਸਾਹਮਣੇ ਬਗਾਵਤ ਕਰੇ ਪਰ ਕੁਝ ਕੁ ਸਮੇਂ ਬਾਅਦ ਸਿੱਖਾਂ ਨੇ ਦਿੱਲੀ 'ਤੇ ਜਾ ਕੇ ਖਾਲਸਾਈ ਨਿਸ਼ਾਨ ਸਾਹਿਬ ਚਲਾਇਆ ਅਤੇ ਸਰਦਾਰ ਬਘੇਲ ਸਿੰਘ ਅਕਸਰ ਆਖਿਆ ਕਰਦੇ ਸਨ ਜਈ ਬਿੱਲੀ ਮਾਰ ਲਈ ਤਈ ਦਿੱਲੀ ਮਾਰ ਲਈ ਸਹਾਰਨਪੁਰ ਫਤਿਹ ਕੀਤਾ ਅਤੇ ਸੂਬਾ ਸਰਹੰਦ ਜੈਨ ਖਾਂ ਇੱਕ ਤਾਂ ਸੂਬਾ ਸਰਹੰਦ ਵਜ਼ੀਰ ਖਾਂ ਸੀ ਨਾ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਖਤਮ ਕੀਤਾ ਗਿਆ ਮੁੜ ਸਿੱਖ ਜਰਨੈਲਾਂ ਨੇ ਸਰਹੰਦ ਫਤਿਹ ਕੀਤੀ ਅਤੇ ਸੂਬਾ ਸਰਹੰਦ ਜੈਨ ਖਾਂ ਉਹਨੂੰ ਸੋਧਿਆ ਗਿਆ ਇਹ ਵੇਖ ਕੇ ਅਹਿਮਦ ਸ਼ਾਹ ਅਬਦਾਲੀ ਬੜਾ ਹੈਰਾਨ ਹੋਇਆ
कि पता नहीं ये केड़ी मिट्टी दे बने ते जकरिया खान अक्सर नादर शाह दुरानी नू कहिंदा सी मुर्शद इनका वली भयो है इनको आबे हयात दियो है। एक गल इन्हां विच वेखी है कि बार बार ये गुरु अलह है, ये हर गल नाल गुरु गुरु कहिंदे, गुरु जो करावेगा वह करांगे, सतगुरु ने जो कराया वह होया। ये हुक्मनामा भी लेंदे ने ते आखदे ने कि श्री गुरु ग्रंथ जी दई आवाज सोई करोगे हमरा काज। गुरु ग्रंथ साहब दे मुख वाक नूं ये गुरु दी आवाज कहिंदे ने। नादर शाह दुरानी ने पाबंदियां ला दित्तियां, कहन लगा अज तों बाद गुरु लफज बोलण ते पाबंदी, गुड़ भी ना किया जावे, गुड़ नूं मिठा जां भेली कहो, किते गुड़ कहण नाल सिखां नूं गुरु ना चेते आ जावे। पर जिहड़े रोज जपदे होण जो गुरु गुरु एनस जपै दास भट बेनत कहै, जो गुरु नाम रिद मैं धरै सो जन्म मरन दोहों थे रहै, वो सदा गुरु गुरु जपदे जदों किते भी लोड़ पैंदी ते अपने आप नूं वो कुरबान करवा के बड़िया बड़िया वड्डियां जिहड़ियां शहादतां सन वो प्राप्त कर जांदे। मेरे कहण दा भाव कि भावें शांतमई शहादतां सन ते भावें जुझारू शहादतां, जे सरदार चढ़त सिंह शेरे पंजाब महाराजा रणजीत सिंह दा दादा अहमद शाह अब्दाली नाल लड़दा ते जदों अहमद शाह अब्दाली दे पोतरे शाहजमान ने लाहौर ते कब्जा कीता, किले दे अंदर वड़ गया ते कहिंदे शेरे पंजाब महाराजा रणजीत सिंह गया ते जाके ललकारिया, कहण लगा निकलो अब्दाली दिया पोतरिया, तैनू सरदार चढ़त सिंह दा पोतरा रणजीत सिंह वंगारदा। भाव के हर समय हर सदी दे विच सिख कौम जिहड़ी आ उह चढ़दी कला दे विच रही है। कदे भी सानू इस हीण भावना दे विच नहीं आउणा चाहीदा कि पुरातन समय सिख बड़े बहादुर सन, हुण वी जदों किते लोड़ पैंदी है ते वेखो सिखां दे विच जिहड़ी सतगुरु ने सपिरट भर दित्ती है। अल्लाह जारखां जोगी ने लिखिया कि रूह फूकती गुरु गोबिंद सिंह ने औलाद कटवा कर। फर्क है ना, कृष्ण जी ने कुरुक्षेत्र की धरती ते गीता दा उपदेश सुना के अपने सिपाहियां नूं अपने सूरमियां नूं लड़ मरन लई तैयार किया, पर उन्हां विच्चों कृष्ण जी दा अपना कोई पुत्र नहीं सी। शिष शाम ने कटवा दिए गीता सुना कर, रूह फूकती गुरु गोबिंद सिंह ने औलाद कटवा कर। ते जदों गुरु के सिख वेखदे कि सतगुरु जी ने साडी खातर सरबंस तक कुरबान कर दिता, तो फिर सतगुरु दे सिख भी जदों भी किते देश कौम लई लोड़ पई है हस हस के अपनियां जानां वारदे रहे। अज भी जदों साडे देश दे अंदर आजादी दा 75 साल मनाउण वास्ते तैयारियां हो रही ने, ते जदों असीं वेखदे हां कि इस देश नूं अंग्रेजां तों आजाद कराउण वास्ते सिखां दा किड्डा वड्डा योगदान है, जां शेरे पंजाब महाराजा रणजीत सिंह दे समें जां उन्हां दे अकाल चलाने तों बाद सरदार शाम सिंह अटारी वाले योधे जदों सामने पलटना तोपखाने बीड के आउंदियां सन ते सिख किवें अपने आप नूं कुरबान कराउंदे सन। शाह मुहम्मद एक मुसलमान लिखारी होया, उन्हें लिखिया कि आईयां पड़तलां बीड़ के तोपखाने अगों सिंघां ने पासड़े मोड़ दिते, मेवा सिंह माखे खां होए सिद्धे हल्ले तीन फरंगी दे तोड़ दिते, शाम सिंह अटारी वाले बन शस्त्री जोड़ विछोड़ दिते, शाह मुहम्मदा सिंघां ने गोरियां दे वांग निंबूआं लहू नचोड़ दिते। ते बबरां दी याद भावें आपां अंग्रेजां समय जिहड़े जूझ के शहीद होए उन्हां नूं याद कर लईए, ते भावें अजोके समय विच तुसीं भाई साहिब भाई तलविंदर सिंह नूं याद कर रहे हो, बड़ियां वड्डियां कुरबानियां ते शहादतां सतगुरु साहिब जी दा जिहड़ा दित्ता होया मार्गदर्शन है उहदे ते चल के गुरु का सिख जिथे होर परोपकार संसार ते करदा, किते महामारी फैल जावे, किते करोना काल वेले लोकां नूं किसी भी वस्तु की लोड़ होवे उत्थे लंगर पहुँचाउंदा, सहायता पहुँचाउंदा, रिलीफ फंड लै के पहुँचदा, उत्थे कुरबानियां वाले पासे भी सिखां दा बड़ा वड्डा योगदान है। ते इहदा कारण इक्को है कि सतगुरु साहिब जी ने सिख कौम दे अंदर जिहड़ा कुरबानी दा जज्बा भरिया, वो अपने
पूरे सरबंस नूं कुरबान करके साहब ने यह वचन किया सी कि मेरा खालसा कदे किसे तो ना जित्या जावे। मैं अपना अजीत सिंह कुरबान कर दिता। अजीत बन वास्ते जूझण की लोड़ है। गगन दमामा बाजियो परियो निशाने घाओ, खेत जो मांडियो सूरमा अब जूझण को दाओ। जित प्राप्त तां होवेगी जे जुझारू बणांगे। साहब कहण लगे मेरा खालसा जुझारू बने। मैं अपना जुझार सिंह भी कुरबान कर दिता। तो जुझारू बन वास्ते जूझण लई जोर की लोड़ हुंदी है। मेरे खालसे का कदे जोर खत्म ना होवे। मैं अपना जोरावर सिंह भी कुरबान कर दिता। तो मेरे खालसे की सदा फतेह होवे, चाहे वह सरहंद फतेह, सहारनपुर फतेह, तो चाहे दिल्ली फतेह। हुण भी किसानी संघर्ष तो बाद दिल्ली फतेह हुई है। तो ये गुरु दियां असीसां ने, साहब ने यह वडियाई बख्शिश की सी कि मेरे खालसे की सदा फतेह होवे। मैं अपना फतेह सिंह भी कुरबान कर दिता। अज सचमुच साहबजादियां दे ओ वारस जदों भी हस हस के शहीदियां पाउंदे ने, हस हस के फांसियां दे रस्से चुमदे ने, ते फिर वो पिछलियां सदियां वाला जिहड़ा इतिहास है वो दोहराया जांदा है। चाहे वो साका ननकाणा साहब दे रूप विच होवे, कल्लू घारियां दे रूप विच होवे, चाहे 84 दा समा होवे, ते चाहे मौजूदा समा होवे, सतगुरु का जेड़ा सिख है वह हमेशा पर उपकार लई जूझदा रहिंदा है। ते इहदी खातर जे उहनूं अपनी जान तक भी कुरबान करनी पवे, ते विरोधी भावें उहनूं वक्खवादी कुछ भी कहिंदे रहिण, उह इस गल की परवाह, मूँह तिखे सप्प दे बच्चे कदे मित नहीं, इहो जे लफ्ज़ भी जिहड़े सन उह वरते, पर परवाह किसे दी नहीं। शांतमई सच के मार्ग से चलण वाले गुरु नानक साहब नूं कुराइया किया गया, बिताला किया गया। इत्थे तक कि जिहड़े लोग आप कुराइए सन, आप बिताले सन, वह इहो जिहा कटाश करदे सन। सतगुरु कृपा करन, तुसीं अपने बहुत ही अमीर शहीदी विरसे नूं संभालदे होए हर साल उन्हां शहीदां नूं याद करदे हो। दास दा नानका परिवार शहीदां दा परिवार है। दास दे नाना जी ज्ञानी तेजा सिंह जी शीना वह शहीद सिख मिशनी कॉलेज अमृतसर के पहले बैच के विद्यार्थी सन। तो जदों असी पुछना नाना जी तुसी किन्ने पढ़े हो, तो कहिंदे सन 2.5 जमातां, 2.5 साल कहिंदे सिख मिशनी कोर्स कीता। असी पुछना भी तुहानू शीट किवें मिली, तो उन्होंने कहना भी मेरा भरा भाई थम्मण सिंह खजाला वो जैतो दे मोर्चे विच शहीद होया, तो मेरे नाना जी दे पिता जी सरदार बुद्ध सिंह गुरु के बाग दे मोर्चे में जदों बीटी ने डांगा चलाईया उदों फटड़ होए। ये वो समय कि जदों अंग्रेज जांच करन वास्ते पहुँचदा, तो फटड़ जिहड़े गुरसिख ने उन्हां वल वेखदा, वो कहिंदा रिपोर्ट तो मैं बाद विच दवांगा। पर अज मेरे मन विच इक हैरानी वरत रही कि सानू अज तक पढ़ाया गया भी इको ईसा ही शहीद होया, पर आ जिहड़े पए ने डांगा खा के फटड़ होए ने कौन ने। इस तो तुसी अंदाजा ला सकते हो कि साडा इतिहास का एक एक पन्ना जिहड़ा शहीदां दे खून नाल लिखिया होया, बार बार कुटान कोट उन्हां शहीदां नूं प्रणाम करना चाहिए। मुक्ति नूं किसे ने पुछया कि सारियां नूं मुक्त करदी है तू, मुक्त होना होवे ते की राज। कहण लगी मैनूं किसे शहीद गंज की खाक मिल जे ते मैं भी मुक्त हो जानी है। मुक्ति हूँ मुक्त करती हूँ बशरे पाक को, मैं भी मुक्त होती हूँ पा शहीदे खाक को। शहीद गंज की खाक जिथे किसी की रत डुलदी है, जिहड़ी कतलगढ़ है, जिहड़ी सचमुच शहादत गाह है, जिहड़ा शहीद गंज है, वह इन्ना पवित्र है कि मुक्ति कहिंदी मैं लोकां नूं मुक्त करनी, पर जदों किसी शहीद गंज की मैनू धूड़ मिल जाए तो मैं भी मुक्त हो जानी है। सतगुरु कृपा करन उन्हां सारे शहीदां नूं जिन्हां ने अज तक कुरबानियां कीतियां, उन्हां नूं कुटान कोट वार आपां प्रणाम करदे हां। साडा अकीदा उन्हां दे अगे है। धन धन गुरु ग्रंथ साहिब महाराज, अकाल पुरख वाहिगुरु जी कृपा करन। बेअंत बेअंत शुकराना सतगुरु जी का, वाहिगुरु जी का, आप सारिया संगतां का, प्रबंधकां का तहि दिल तों धन्नवाद जिन्हां ने दास नूं समां दे के आप संगतां दे दर्शन करवाए ने। समा इन्ना नहीं कि आपां होर विस्तार में जा सकीए। बहुत सारिया
सिख शखशीतां जो दूरों नेड़ियों चालक जी की सेवा दे विच हर जस मालक का गायन करना है। स्टेज सकत्तर साहब जी दसणगे जो तरतीब है। दास दियां भुल्लां आप जी ने खिमा कर देनियां। बुलाओ फतेह सारे आखो जी वाहेगुरु जी का खालसा वाहेगुरु जी की फतेह।